दुकान शरिया में चकन आए ने हुण असीं क्योंकि सानूं पता सी असीं नाल ही खड़े सी जदों इह आउणगे वी असीं इहनां नूं फड़ांगे ते हुण गुंडागर्दी कर रहे हो तुसी लाइव करो लाइव आ गुंडागर्दी हो रही है आश्विन दिखाओ पांच मिनट असीं डीजी दे ऑफिस तो आए हैं ते इत्थे आ खड़े आ हुणे लगभग कोई कागज नहीं गए चोरां नूं फड़े ने तुसी की हो तुसी कौन हो निकले अपने बाल कटाउण ਤੁਸੀਂ ਹੁਣ ਇੱਥੇ ਕਹਿਣ ਆਏ ਹੋ ਤੁਸੀਂ ਘਰੇ ਚਿੱਠੀ ਪੱਤਰ ਦਿੰਦੇ ਲਿਖ ਕੇ ਯਾ ਟੈਲੀਫੋਨ ਜੀ ਕੀ ਕਰੀ ਜਾਂਦੇ ਡਰਾਮਾ ਕੀ ਕਰ ਰਹੇ ਹੋ ਤੁਸੀਂ ਬੜੇ ਮੈਂ ਤਾਂ ਹੈਰਾਨ ਹੋ ਗਿਆ ਤੁਸੀਂ ਯਾਰ ਕੈਸੇ ਬੰਦੇ ਹੋ ਐਡੇ ਬੜੇ ਬੰਦਿਆਂ ਨਾਲ ਤੁਸੀਂ ਐਂ ਕਰੋਗੇ ਨਾਲੇ ਤੁਹਾਨੂੰ ਪਤਾ ਤੁਹਾਡੇ ਕੋਲ ਤਜਰਬਾ ਹੈ ਵੀ ਤੁਸੀਂ ਕੋਰਟਾਂ 'ਚ ਨਹੀਂ ਖੜ ਸਕਣਾ ਹੈਲੋ ਰੋਜ਼ ਤੁਹਾਡੇ ਕੋਰਟਾਂ 'ਚ ਤੁਸੀਂ ਫੇਲ ਹੁੰਦੇ ਹੋ ਕੰਮਾਂ 'ਚ ਕਿਉਂ ਕਿਉਂਕਿ ਇਹੀ ਜਾਲੀ ਕੰਮ ਕਰਦੇ ਹੋ ਤੁਸੀਂ ਇਹੀ ਸੱਦੋ ਬੰਦੇ ਨੂੰ ਇਨਵੈਸਟੀਗੇਸ਼ਨ ਕਰੋ ਫੜਨਾ ਫੜੋ ਉਹਨੂੰ ਉੱਥੇ ਬਿਠਾ ਕੇ ਆਹ ਕੀ ਕੰਮ ਆ ਤੁਸੀਂ ਚੱਕਣ ਆ ਗਏ ਅਸੀਂ ਕਦੇ ਰੋਕਿਆ ਸੀ ਉੱਥੇ ਤੁਹਾਡੇ ਕੋਲ ਗਏ ਨਾ ਤੁਸੀਂ ਸਾਨੂੰ ਉੱਥੋਂ ਕਹਿੰਦੇ ਵੀ ਐਸ ਐਸ ਪੀ ਦਫ਼ਤਰ ਚਲੇ ਜਾਓ ਉੱਥੇ ਜਾ ਕੇ ਤੁਹਾਨੂੰ ਐਸ ਐਸ ਪੀ ਤੁਹਾਨੂੰ ਪੁੱਛਦੇਛ ਕਰਨਗੇ ਅਸੀਂ ਤੁਹਾਡੇ ਕੋਲ ਆ ਜਾਂਦੇ ਉੱਥੇ ਸਰ ਗੱਲਾਂ ਜੋ ਹੁਣ ਵੀ ਆ ਜਾਣ ਕੀ ਗੱਲ ਆ ਯਾਰ ਹੁਣ ਤੁਸੀਂ ਆ ਡਰਾਮਾ ਨਹੀਂ ਡਰਾਮਾ ਅਸੀਂ ਉੱਥੇ ਕੀ ਕਿਹਾ ਵੀ ਤੁਸੀਂ ਚੱਕੋਗੇ ਸਾਡੀ ਆਦਤ ਪਈ ਹੋਈ ਆ ਸਰ ਤੁਹਾਨੂੰ ਕੀ ਕਿਹਾ ਸੀ ਰੱਬ ਨੂੰ ਜਾਣ ਦੇਣੀ ਆ ਦੱਸੋ ਕੀ ਕਿਹਾ ਸੀ ਤੁਹਾਨੂੰ ਇਹੀ ਕਿਹਾ ਸੀ ਮੈਂ ਘਰੋਂ ਆਇਆ
ਮੇਰੇ ਘਰ ਦੇ ਬਾਹਰ ਜੀ ਨਿਕਲੇ ਨਿਕਲੇ ਨਹੀਂ ਸਕੂਟਰ ਤੇ ਕਿਉਂ ਨਹੀਂ ਨਿਕਲੇ ਤੁਸੀਂ ਆ ਨਿਕਲੇ ਹੁਣ ਬਾਹਰ ਕੇ ਅਸੀਂ ਹੁਣ ਰਿਕਾਰਡਿੰਗ ਕਰਦੇ ਨਹੀਂ ਤੁਹਾਡੇ ਉੱਥੇ ਰਿਕਾਰਡਿੰਗ ਕੱਢਦੇ ਨਹੀਂ ਉਹ ਬੰਦੇ ਉਹੀ ਬੰਦੇ ਨੇ ਚੰਡੀਗੜ੍ਹ ਸੀ ਉੱਥੇ ਦੇਖ ਕੇ ਫਿਰ ਤੁਹਾਨੂੰ ਕੀ ਤੁਹਾਨੂੰ ਕੀ ਅੰਦਰ ਲੱਗਿਆ ਅਸੂ ਰਿਹਾ ਆ ਉੱਥੇ ਨਹੀਂ ਕੀ ਨਹੀਂ ਤੁਹਾਨੂੰ ਕੀ ਅੰਦਰ ਅਸੂ ਰਿਹਾ ਆ ਚਲੋ ਆਇਓ ਤੁਹਾਡੇ ਮਗਰ ਨਹੀਂ ਆਉਂਦਾ ਅਸੀਂ ਅਸੀਂ ਆਪ ਆਵਾਂਗੇ ਚਲੋ ਅੱਗੇ ਤੁਹਾਡੇ ਮਗਰ ਨਾ 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 ਚਲੋ ਤੁਸੀਂ ਭਾਈ ਆਪਣੀ ਮਰਜ਼ੀ ਨਾਲ ਆਵਾਂਗੇ ਆ ਜਾਾਂਗੇ ਤੁਸੀਂ ਸਿਆਣਾ ਦੇਤਾ ਅਸੀਂ ਇਧਰ ਆ ਯਾਰ ਕਰਨ ਵਾਲੇ ਹੈ ਥੋੜੀ ਆਵਾਂਗੇ ਚਲੋ ਤੁਸੀਂ ਆਪ ਪਲੀਜ਼ ਆਓ ਨਾਲ ਨਾ 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 ਤੁਸੀਂ ਤੂੰ ਤੁਸੀਂ ਬ੍ਰਾਂਡ ਦਿਖਾ ਦਿਓ ਫਿਰ ਜੇ ਨਾਲ ਲਾਵਾਂ ਆਪਣੀ ਮਰਜ਼ੀ ਨਾਲ ਆਵਾਂਗੇ ਫਿਰ ਤਾਂ ਥੋੜੀ ਗੱਡੀ 'ਚ ਬਹਿ ਕੇ ਚੱਲਾਂਗੇ ਜੇ ਬ੍ਰਾਂਡ ਹੈਗੇ ਆ ਤੇ ਥੋੜੀ ਗੱਡੀ 'ਚ ਬਹਿ ਜਾਂਦੇ ਉਹ ਛੱਡੋ ਯਾਰ ਕਾਗਜ਼ ਦਿਖਾ ਹੋਇਆ ਭਈ ਯਾਰ ਦਿਖਾ ਦਿੰਦੇ ਚਲੋ ਚਲੋ ਓਏ ਆਓ ਨਾਲ ਲਾਓ ਤੁਸੀਂ ਆਓ ਗੱਡੀ ਲਾਓ ਨਾਲ ਆਓ ਅਸੀਂ ਡਰਦੇ ਨਹੀਂ ਯਾਰ ਦਿਲ ਦੇ ਕੇ ਨਾ ਪਾਓ ਤੁਸੀਂ ਅਸੀਂ ਨਾਲ ਡਰ ਉੱਥੇ ਚੱਲਾਂਗੇ ਤੁਹਾਡੇ ਨਾਲ ਓਏ ਆਓ ਨਾਲ ਚੱਲਦੇ ਹਾਂ ਨਾ ਪਾ ਡੂਟੀ ਜਿਵੇਂ ਨਾ ਆਓ ਤੁਸੀਂ ਨਾਲ ਚੱਲੋ ਐਂਪੀ ਹੋਗੇ ਉਹ ਤੁਹਾਡਾ ਕੰਮ ਹੈ ਡੂਟੀ ਲੈ ਕੇ ਆ ਸੱਚ ਨਹੀਂ ਗੱਲ ਕਰਦੀ ਮੇਰੇ ਨਾਲ ਡੂਟੀ ਦੇ ਕੇ ਡੂਟੀ ਕੋਈ ਵੀ ਫਿਰ ਦਿਖਾਓ ਇਹੀ ਤਾਂ ਕਹਿੰਦੇ ਵੀ ਤੁਸੀਂ ਨਜਾਇਜ਼ ਆਏ ਹੋ ਮੈਂ ਡਿਊਟੀ ਜਿਵੇਂ ਪਾਉਂਦਾ ਹੀ ਨਹੀਂ ਮੈਂ ਕਹਿੰਦਾ ਕਾਗਜ਼ ਦਿਖਾਓ ਤੁਸੀਂ ਕਾਕਾ ਜੇ ਇਹ ਗੱਲ ਆ ਕਾਗਜ਼ ਦਿਖਾਓ ਨਹੀਂ ਪਾਉਂਦਾ ਡਿਊਟੀ ਜਿਵੇਂ ਜਦੋਂ ਦਿਖਾ ਦੋਗੇ ਮੈਂ ਕੰਗ ਲੈ ਜਾਓ कोई कागज नहीं धक्के रोक रहे फिर असि हसी हथों पंज करांगे थोड़े नाल नहीं जांदे भाई अपनी मर्जी नाल जावांगे असि मर्जी नाल जावांगे काका साढ़े साल नूं मैं दस्सदा इक मिंट ਉਧਰ ਹੋ ਕੇ ਦੱਸੋ ਹਾਂ ਨਾ ਰੁਕੋ ਨਾ ਰੁਕਿਆ ਰੁਕਿਆ ਕਾਗਜ਼ ਦਿਖਾਓ ਫਿਰ ਰੁਕਿਆ ਕਾਗਜ਼ ਦਿਖਾਓ ਨਹੀਂ ਜਾਣਾ ਕਰੋ ਤਾਂ ਕਾਗਜ਼ ਨੂੰ ਉੱਥੇ ਜਾ ਕੇ ਦਿਖਾਵਾਂਗੇ ਸੜਕ ਤੇ ਰੋਕ ਕੋਈ ਐ ਕਿਵੇਂ ਚੱਕ ਕੇ ਲੈ ਜਾਓਗੇ ਕਿਵੇਂ ਚੱਕ ਕੇ ਲੈ ਜਾਓਗੇ ਤੁਸੀਂ ਬਿਨਾ ਫਰੰਟਾਂ ਨੂੰ ਕਿਵੇਂ ਚੱਕ ਕੇ ਲੈ ਰਹੇ ਕਾਗਜ਼ ਦਿਖਾਓ ਕਾਗਜ਼ ਦਿਖਾਓ ਦੇ ਆਓ ਤੁਸੀਂ ਬਾਹਰੋਂ ਇੱਕ ਮਿੰਟ ਕੀ ਗੱਲ ਕੀ ਹੋ ਗਈ ਕਾਲੇ ਕਾਲੇ ਪੈਂਦੇ ਨੇ ਇਹਨਾਂ ਦਾ ਇਹਨਾਂ ਦਾ ਸਿੰਦਾ ਚੋਰੀ ਤੁਹਾਨੂੰ ਆਦਤ ਹੀ ਪਈ ਆ ਵੀ ਹਰੇਕ ਨੂੰ ਅਸੀਂ ਚੱਕ ਲਈਏ ਜਦ ਮਰਜ਼ੀ ਇਹ ਕੰਮ ਨਹੀਂ ਚੱਲਣਾ ਬਿਲਕੁਲ ਕੋਈ ਫਰੰਟ ਨਹੀਂ ਹੁਣ ਜਾਲੀ ਪਹਿਲਾਂ ਚੱਕ ਕੇ ਕਰਨਾ ਚਾਹੁੰਦੇ ਇੰਟਰੋਗੇਸ਼ਨ ਹੁਣ ਕਾਗਜ਼ ਜਿਹੜੇ ਮੰਗਾਉਣਗੇ ਉੱਥੋਂ ਕਿਤੋਂ ਪਹਿਲਾਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਭਰ ਕਰਨਾ ਚਾਹੁੰਦੇ ਸੀ ਅਸੀਂ ਕਰ ਲਈਏ ਸਾਰਿਆਂ ਦਾ ਟੈਲੀਫੋਨ ਕਰਵੇ ਚੱਲ ਠੀਕ ਹੈ ਡਰ ਨਾ ਸਭ ਪੰਚੋ ਹੈਲੋ ਭੱਜੇ ਆਏ ਕਾਲੀ ਕਾਲੀ ਦੱਸੋ ਅਸੀਂ ਤੁਹਾਡੇ ਦਫ਼ਤਰ ਗਏ ਹਾਂ ਅਸੀਂ ਚੋਰ ਨਾ ਭੱਜੇ ਕਰਦੇ ਸਰ ਨੇ ਨਹੀਂ ਆਉਣਾ अपनी गड्डी नो नो साडी गड्डी बैठो आप चलो इन्होंने बैठो देखो ਦੇਖੋ ਜੀ ਪਿਛੇੜੋ ਪਿਛੇੜੋ ਸਾਰੇ ਛੱਡੋ ਅਸੀਂ ਭੱਜਣਾ ਨਹੀਂ ਯਾਰ ਤੁਸੀਂ ਕੈਸੀ ਗੱਲ ਕਰਦੇ ਹੋ ਆਜੋ ਮੇਰੇ ਵਾਲੀ ਗੱਡੀ ਲਾਓ ਪੂਰੇ ਆਖੜੀ ਹੈ ਜੀ